ਉੱਪਰ ਬੇਦੀ ਦੇ ਕੋਲ ਨਜ਼ਦੀਕ ਪਿੰਡ ਝਾਂਡੀਆਂ ਦੇ ਜੰਗਲ ਦੇ ਵਿੱਚ ਉੱਥੇ ਸਾਨੂੰ ਮਿਲੇ ਨੇ ਮਹਾਂਪੁਰਸ਼ ਅਤੇ ਧੰਨ ਧੰਨ ਬਾਬਾ ਪ੍ਰੇਮ ਸਿੰਘ ਜੀ ਦੇ ਚਰਨ ਸੇਵਕ ਬਾਬਾ ਸੱਚਖੰਡ ਵਾਸੀ ਸੰਤ ਬਾਬਾ ਪ੍ਰੀਤਮ ਸਿੰਘ ਜੀ ਦੇ ਅਸਥਾਨ ਅਤੇ ਉਹਨਾਂ ਦੇ ਚਰਨ ਸੇਵਕ ਬਾਬਾ ਅਜੈਬ ਸਿੰਘ ਜੀ ਫੱਕਰ ਇੱਥੇ ਜੰਗਲ ਦੇ ਵਿੱਚ ਕਾਫੀ ਚਿਰਾਂ ਤੋਂ ਪਤਾ ਲੱਗਿਆ ਵੀ ਇਸ ਪਾਣੀ ਵਾਲਾ ਬਾਬਾ ਇਸ ਅਸਥਾਨ ਦਾ ਨਾਂ ਰੱਖਿਆ ਅਤੇ ਉੱਥੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਉੱਥੇ ਪਾਣੀ ਵਾਲਾ ਬਾਬਾ ਅਤੇ ਬਾਬਾ ਸ਼੍ਰੀ ਚੰਦ ਜੀ ਦੇ ਮਹਾਰਾਜ ਦੇ ਤੁਹਾਨੂੰ ਅਸਥਾਨ ਦੇ ਦਰਸ਼ਨ ਕਰਾਉਂਦੇ ਹਾਂ ਉਹਦੇ ਬਾਰੇ ਰੂਪਾਰੂ ਕਰਾਉਣ ਜਾ ਰਹੇ ਹਾਂ ਬਾਬਾ ਅਜੈਬ ਸਿੰਘ ਜੀ ਫੱਕਰ ਉਹ ਸਾਰੀ ਸੰਗਤਾਂ ਉਹਨੂੰ ਲੱਭਦੇ ਲੱਭਦੇ ਉਸ ਅਸਥਾਨ 'ਤੇ ਪਹੁੰਚ ਜਾਂਦੇ ਆ ਬਾਬਾ ਜੀ ਵੱਲੋਂ ਦੱਸਿਆ ਗਿਆ ਕਿ ਇਹ ਜਗ੍ਹਾ ਭਾਈ ਪਾਣੀ ਵਾਲੀ ਜਗ੍ਹਾ ਹੈ ਇੱਥੇ ਪਾਣੀ ਦੀ ਬਾਰਾਂ ਹੁੰਦੀਆਂ ਸੀਆਂ ਅਤੇ ਕਿਹਾ ਵੀ ਉਹਨਾਂ ਨੇ ਖੁਦ ਹੀ ਸਾਰੀ ਸੰਗਤ ਹੁੰਮ ਹੁਮਾ ਕੇ ਉੱਥੇ ਦਰਸ਼ਨ ਕਰਨ ਜਾਂਦੀਆਂ ਆਓ ਸੋ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਝਾਂਡੀਆਂ ਦੇ ਜੰਗਲ 'ਚ ਅਤੇ ਤੁਹਾਨੂੰ ਉਸ ਜਗ੍ਹਾ 'ਤੇ ਫਿਰ ਅਗਲਾ ਸਥਾਨ ਹੈ ਕੁਰਾਲੀ ਵਾਲਾ ਚੋਆ ਪਿੰਡ ਜਟਵਾੜ ਦੇ ਹੁਣ ਇਸ ਸਥਾਨ 'ਤੇ ਪਹੁੰਚੇ ਹਾਂ ਅਤੇ ਇਸ ਸਥਾਨ ਦੇ ਵਿੱਚ ਕਲਾਦਾਪੁਰ ਦਾ ਇੱਧਰ ਨੂੰ ਘੁੰਮ ਕੇ ਜੀ ਆਏ ਨੂੰ ਉੱਪਰ ਨੂੰ ਜਿਹੜਾ ਕੱਢੋ ਨਾ ਦੋ ਮਿੰਟ ਬਾਬਾ ਜੀ ਇੱਦਾਂ ਤੁਸੀਂ ਬੈਠ ਜਾਓ ਇੱਕ ਮਿੰਟ ਘੁੰਮੇ ਕੇ ਤੂੰ ਇਹਦੇ ਬੈਠ ਜਾਓ ਚਾਹ ਚਾਹ ਅੰਦਰ ਬੈਠ ਜਾਓ ਇਹਦੇ ਅੰਦਰ ਹਾਂਜੀ ਹਾਂਜੀ
ਸ੍ਰੀ ਅਕਾਲ ਖਾਲਸਾ ਵਾਹਿਗੁਰੂ ਕੀ ਫਤਿਹ। ਅੱਜ ਅਸੀਂ ਬਾਬਾ ਪਾਣੀ ਵਾਲਾ ਇਹ ਜਗ੍ਹਾ ਤੇ ਬਾਬਾ ਪਾਣੀ ਵਾਲਾ ਸਥਾਨ ਤੁਸੀਂ ਦਰਸ਼ਨ ਕਰ ਰਹੇ ਹੋ। ਬਸ ਬਸ ਬੋਲਣਾ ਨੀ ਕਿਸੇ ਨੇ। ਅੱਜ ਅਸੀਂ ਪਾਣੀ ਵਾਲੇ ਸਥਾਨ ਤੇ ਦਰਸ਼ਨ ਕਰਨ ਸਾਰੇ ਸਿੱਖਾਂ ਨੂੰ सब तो पहला जंगल की शुरुआत धन धन महान पुरुष बाबा प्रेम सिंह जी जे ना होंगे तो अज असी इस जगह ते नहीं कोई पहुंच सकते सी। बाबा प्रेम सिंह दे सदका प्रेरणा दे नाल बाबा प्रीतम सिंह नूं तैयार करके सजाया। इस लैन दे विच बाबा प्रीतम सिंह जी ज्योति स्वरूप वाले महापुरश ने बाबा अजैब सिंह खत्तर जी नूं सजाया। जदों प्रेम सिंह बाबा प्रेम सिंह जी जंगल दे लकड़ां वढ के केसगढ़ साहब तख्त साहब दे लंगर दे विच 52 पार रोजाना पहुँचाया करते सन ते सिमरन बंदगी करते होंगे सन। उन्हां कोल बाबा प्रीतम सिंह जी पहुँचे, उन्हां नूं तैयार पर तैयार करके इस लैन नाल सजाया, खालसा पंथ दे विच शामिल किया। बाबा प्रीतम सिंह ने ज्योति स्वरूप वाले महापुरशां ने बाबा अजैब सिंह जी नूं फकर जी नूं इस लैन दे विच अपने आशीर्वाद दे के उन्होंने तैयार पर तैयार करके इस जंगल दे रस्ते दे जंगल दे विच भेजिया। ते इस जंगल दे विच तुसीं देख रहे हो ये महापुरश बाबा प्रेम सिंह जी एक सिस्टम चलाया जिहड़ा कि मोए दे मंडी। मोए दे मंडी बारे हजे तक उत्थे तक ना कोई पहुँचया, शायद कोई महापुरश उत्थे तक ना पहुँचया होण। जिहड़ा मोए दे मंडी दा नाम क्यों रखिया गया अज उहदे बारे असी साढ़े विच बाबा अजैब सिंह जी फकर साढ़े विच मौजूद ने, बाबा प्रीतम सिंह दे इस गद्दी दे वारस जिहड़े कि अज साढ़े विच इस स्थान ते घट्टो घट 15 साल नाम जपते रहे इस स्थान ते। आओ तुहानू हुणे रूबरू करवाउण जा रहे बाबा अजैब सिंह जी नाल इस स्थान दे बारे दसणगे भी किवें इस स्थान दा मिलाप पहुंचे। बाबा जी वाहिगुरू जी का खालसा वाहिगुरू जी की फतेह। ਬਾਜ ਪਏ ਜੀ ਵੀ ਪਾਣੀ ਵਾਲੇ ਬਾਬੇ ਕੋਲ ਬਾਜ ਪਏ। ਅੱਛਾ ਜੀ। ਹਾਂ ਫਿਰ ਇੱਥੇ ਅਸੀਂ ਪਾਣੀ ਵਾਲੇ ਆਏ, ਇੱਥੇ ਮੈਂ ਅਸੀਂ 5-6 ਰਹੇ, 5-6 ਰਹਿਣ ਦੇ ਬਾਅਦ ਫਿਰ ਇੱਥੇ ਰਾਤਾਂ ਵੀ ਬਣਾਇਆ, ਪਰ ਟਰੈਕਟਰ ਚੜ੍ਹਦਾ ਕੀਤਾ ਕਿਰਾਏ ਪਰ ਮਾਰ ਕੇ। ਉਸ ਤੋਂ ਬਾਅਦ ਫਿਰ ਸਾਨੂੰ ਕਹਿੰਦਾ ਭਾਈ ਇੱਥੋਂ ਕਿਉਂ ਚੱਲਦਾ ਵੀ ਪੌੜੀਆਂ ਪਾ ਲਿਆ ਕਿੱਥੇ ਆਪਾਂ ਹੁਣ ਪਿੱਛੋਂ ਕਰਕੇ ਆਏ। ਹਾਂ 5-6 ਫਿਰ ਇੱਥੇ ਰਹੇ, ਇੱਥੇ ਫਿਰ ਮਾਰੀ ਦਾ ਬਹੁਤ ਰੰਗ ਵਰਤਿਆ, ਸੰਗਤ ਬਹੁਤ ਆਉਣ ਲੱਗ ਗਈ। ਇੱਥੇ ਵੀ ਸੰਗਤ ਨਹੀਂ ਫਿਰ ਕਿਤੇ ਛੁੱਟੇ ਲੈ ਕੇ ਇੱਥੋਂ ਵੀ ਆ ਰਹੀ ਅਤੇ ਸੰਗਤ ਉੱਥੇ ਜਾਣ ਲੱਗ ਗਈ। ਹਾਂ ਜਿੱਥੇ ਹਾਂਜੀ ਹਾਂ ਪੌੜੀਆਂ ਤੋਂ ਬਾਅਦ ਫਿਰ ਅਸੀਂ ਠੰਡੀ ਟੋਏ ਵਾਲੇ ਬਾਬਾ ਕਰਾਲੀ ਵਾਲੇ ਟੋਏ, ਉਹਦਾ ਕਰਾਲੀ ਵਾਲਾ ਚੋਆ ਇਹਦਾ ਕਿਹੜਾ ਪਿੱਛੇ ਇਹ ਬਾਬਾ ਪਾਣੀ ਵਾਲਾ ਚੋਆ ਕਹਿੰਦੇ ਉਹਨੂੰ ਕਹਿੰਦੇ ਬਾਬਾ ਪਾਣੀ ਵਾਲਾ। ਇਹ 3 ਸਰੂਪ ਇਸ ਜੰਗਲ ਦੇ ਵਿੱਚ ਧਰਤੀ ਦੇ ਵਿੱਚ ਰਹਿੰਦੇ ਨੇ, ਤਿੰਨਾਂ ਦਾ ਅੱਡੋ ਅੱਡ ਉਹ ਤਿੰਨਾਂ ਦੀ ਸਰੂਪ ਇੱਕ ਬਣੀ, ਸਰੂਪ ਇੱਕ ਬਣਿਆ ਸੀ। ਦੋ ਸਰੂਪ ਬਾਰਕ ਸਰੂਪ ਹੋ ਗਏ, ਇੱਕ ਇਹਦੇ ਕਰਕੇ ਵੀ ਆਪਣੇ 5-6 ਰਹੇ, 5-6 ਰਹਿਣ ਦੇ ਬਾਅਦ ਇਹ ਆਪ ਸ਼ਮਤਾ ਇਹ ਪਹੁੰਚ ਗਏ। ਬਾਬਾ ਪ੍ਰੀਤਮ ਸਿੰਘ ਵੀ ਉਰੇ ਨਹੀਂ ਬਾਬਾ ਜੀ ਆਏ, ਉਹਨਾਂ ਨੇ ਇਹ ਕਿਹਾ ਵੀ ਤੁਸੀਂ ਆਪਣਾ ਗਾਮ ਦੇਖੋ ਜਾ ਕੇ। ਇੱਥੇ ਬਾਬਾ ਜੀ ਨਹੀਂ ਆਏ, ਫਿਰ ਬਾਬਾ ਜੀ ਫਿਰ ਉੱਥੋਂ ਕਦੋਂ ਪਤਾ ਲੱਗਿਆ ਵੀ ਬਾਬਾ ਜੀ ਕਿੱਥੇ ਗਏ, ਉਹ ਉੱਥੇ ਪੌੜੀਆਂ ਆਏ ਜਿੱਥੋਂ ਕਿਸੇ ਦੇ ਸਥਾਨ ਤੋਂ ਆਏ ਪੌੜੀਆਂ। ਇੱਥੇ ਮੈਂ 5-6 ਦੇ ਬਾਅਦ ਮੇਰਾ ਪੌੜੀ ਕਿੱਥੇ ਗਿਆ, ਉੱਥੋਂ ਮੇਰਾ ਪਰੋਂ ਕਿਹਾ ਸੀ ਵੀ ਦਸ਼ਮੀ ਕਰਾਈ
बाबा जी किन्ने साल बाद आए इस जगह ते? आ जाओ जी बाहर आ जाओ। वे नंदा मत बड़ा घर दी हवा चल रही है बीबी। ओ भाई ओ भाई कर दे अपनी फिर रब रे बंदे ना हाथ की जात कर दी।